ਹਾਂਜੀ ਸਤਿ ਸ੍ਰੀ ਅਕਾਲ ਜੀ ਆਜੋ ਕੁੜੀਓ ਆਪਾਂ ਰੱਖੀਏ ਪਤੀਲਾ ਹੁਣ ਭਾਈ ਆਪਾਂ ਲੋਕੀ ਦੀ ਮਰਫੀ ਬਣਾਉਣ ਵਾਸਤੇ ਹਨਾ ਆ ਦੇਖੋ ਕਿੰਨੀ ਸਵਾਦ ਬਣਦੀ ਹੈਗੀ ਤੇ ਕਿੰਨੀ ਸੋਹਣੀ ਲੱਗਦੀ ਹੈ ਤੇ ਆਜੋ ਫਿਰ ਮੈਂ ਤੁਹਾਨੂੰ ਦੱਸਾਂ ਤੇ ਫਟਾਫਟ ਜਾਓ ਰਸੋਈ ਚ ਤੇ ਬਣਾਓ ਇਹਨੂੰ ਬਣਾ ਕੇ ਤੇ ਖਾਓ ਸਿਰਫ 2 ਜਾਰ ਮਿੰਟਾਂ ਦੇ ਵਿੱਚ ਇਹ ਤਿਆਰ ਹੈ ਮਿੰਟੋ ਮਿੰਟੇ ਤੇ ਕੋਈ ਜ਼ਿਆਦਾ ਬਰੇ ਨਹੀਂ ਲੱਗਦੇ ਆਪਾਂ ਲੈ ਲੀਆਂ ਦੋ ਲੋਕੀ ਆਪਦੇ ਹਿਸਾਬ ਨਾਲ ਲੈ ਲਓ ਤੁਸੀਂ ਇਕਦਰੀ ਵੀ ਬਣਾ ਸਕਦੇ ਹੋ ਵਧੀਆ ਸਾਫ ਸੁਥਰੀ ਜੀਆਂ ਕੱਚੀਆਂ ਕੱਚੀਆਂ ਜੀਆਂ ਲੈ ਲਓ ਤੁਸੀਂ ਇਹਨਾਂ ਤੇ ਕੋਈ ਬਰੇ ਨਹੀਂ ਲੱਗਦੇ ਹੈਗੇ ਅਛੇ ਲੈ ਲਓ ਤੁਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਇਹ ਤਾਂ ਮਿੰਟੋ-ਮਿੰਟ ਤਿਆਰ ਹੋਣ ਵਾਲੀ ਮਠਿਆਈ ਹੈ ਜੇ ਤੁਸੀਂ ਇੱਕ ਵਾਰੀ ਬਣਾ ਕੇ ਖਾ ਲਈ ਨਾ ਤੇ ਫਿਰ ਤੁਸੀਂ ਰੋਜ਼ ਹੀ ਯਾਦ ਕਰਿਆ ਕਰੋਗੀਆਂ ਨਾਲੇ ਆਂਟੀ ਨੂੰ ਯਾਦ ਕਰਿਆ ਕਰੋਗੀਆਂ ਨਾਲੇ ਭਾਈ ਤੁਹਾਡੇ ਬਰਫੀ ਜਾਦਾ ਆਇਆ ਕਰੂਗੀ ਵੀ ਅੱਜ ਫੇਰ ਬਣਾ ਲ ਕੇ ਆਪਣੇ ਲੋਕੀ ਲੈ ਕੇ ਆਂਦੀ ਐ ਤੇ ਅੱਜ ਫੇਰ ਬਣਾ ਲਈਏ ਇਹ ਤਾਂ ਬਿਲਕੁਲ ਮਿੰਟੋ-ਮਿੰਟ ਤਿਆਰ ਹੋਣ ਵਾਲੀ ਚੀਜ਼ ਐ ਬੇਟਾ ਮੈਂ ਤਾਂ ਬਿਲਕੁਲ ਤੁਹਾਨੂੰ ਸੌਖਾ ਤੇ ਆਸਾਨ ਤਰੀਕਾ ਦੱਸਦੀ ਹੁੰਨੀ ਐ ਵੀ ਜਿਹੜਾ ਕੋਈ ਚੀਜ਼ ਵੀ ਨਾ ਬਾਹਰੋਂ ਲਿਓਣੀ ਪਵੇ ਤੇ ਘਰੇ ਘਰੇ ਸਰ ਜੇ ਕੰਮ ਹਨਾ ਬਾਰੂ ਲਿਆ ਕਿ ਆਪਾਂ ਕੀ ਪੂਰੇ ਆਉਣੇ ਹੈਗੇ ਸਾਰਾ ਦਿਨ ਹੀ ਬੰਦੇ ਵੀ ਹੱਕ ਜਾਂਦੇ ਨੇ ਆਪਣੇ ਤੇ ਆਹ ਦੇਖੋ ਤੁਸੀਂ ਇਹਨੂੰ ਕੱਟ ਲਿਆ ਕੱਟ ਕੇ ਹੁਣ ਆਪਾਂ ਇਹਦਾ ਬੀਜ ਜਿਹੜੇ ਬਾਹਰ ਕੱਢ ਦਿਆਂਗੇ ਆ ਜਿਹੜੇ ਬੀ ਹੈ ਨਾ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਬਾਹਰ ਕੱਢ ਦਿਆਂਗੇ ਫਿਰ ਇਹ ਜਾਨੀ ਕਿ ਵਿੱਚੋਂ ਵਿੱਚੋਂ ਰੜਕਦੇ ਜੇ ਨਹੀਂਗੇ ਬਰਫੀ ਦੇ ਵਿੱਚ ਵਧੀਆ ਆਪਾਂ ਵੀ ਹਲਵਾਈਆਂ ਵਾਲਾ ਕੰਮ ਕਰ ਲੈਣੀਆਂ ਹੁੰਦੀਆਂ ਹਨਾ ਤੇ ਆਹ ਤੁਹਾਡੀ ਆਂਟੀ ਦੇ ਮਗਰ ਲੱਗਿਆ ਕਰੋਗੀਆਂ ਤਾਂ ਵਧੀਆ ਰਹੋਗੀਆਂ ਬਣਾਵਣਾ ਕੇ ਖਾਇਆ ਕਰੋ ਦੇਖੀ ਫਿਰ ਗੁਣਾ ਦੀ ਪਟਾਰੀ ਮਿਲਦੀ ਤੁਹਾਨੂੰ ਵੀ ਕਹਣਗੇ ਵੀ ਬੜੀ ਸਿਆਣੀ ਕੁੜੀ ਆ ਭਾਈ ਇਹ ਤਾਂ ਬਹੁਤ ਕੁਝ ਜਾਣਦੀ ਹੈਗੀ ਆ ਹਨਾ ਤੇ ਇਹਨੂੰ ਹੁਣ ਕੀ ਕਰਨਾ ਆਪਾਂ ਮੋਟਾ ਜਾਂ ਕੱਦੂ ਕਸ ਲੈ ਲੈਣਾ ਹੈਗਾ ਮੋਟਾ ਪਾਸਾ ਕੱਦੂ ਕਸ ਦਾ ਤੇ ਇਹਨੂੰ ਚੱਕ ਕੇ ਹੁਣ ਆਪਾਂ ਇਹਨੂੰ ਵਿਚਾਰੇ ਨੂੰ ਰਗੜ ਦੇਣਾ ਤੇ ਕੱਦੂ ਕਸ ਕਰ ਦੇਣਾ ਇਹਨੂੰ ਇਹਦਾ ਕਚਰਕੁੰਡਾ ਜਾਂ ਕਰ ਦੇਣਾ ਹੁਣ ਆਪਾਂ ਠੀਕ ਹੈ ਨਾ ਜੀ ਤੇ ਇਹਨੂੰ ਕੁੜੀਓ ਕਰ ਲਿਓ ਇਸ ਤਰ੍ਹਾਂ ਸੌਖਾ ਕੰਮ ਹੈ ਬਹੁਤ ਹੀ ਸੌਖਾ ਨਾਲੇ ਤੁਸੀਂ ਖਾਇਆ ਕਰੋ ਬੱਚਾ ਨੂੰ ਖਵਾਇਆ ਕਰੋ ਭਾਈ ਤੁਹਾਡੀਆਂ ਸੱਸਾਂ ਨੂੰ ਖਵਾਇਆ ਕਰੋ ਖੁਸ਼ ਰਹਿਣਗੀਆਂ ਉਹ ਇਹਨੇ ਨਾਲ ਆ ਦੇਖੋ ਠੰਡਾ ਪਾਣੀ ਲੈ ਲਓ ਜੰਮਾ ਬਰਫ਼ ਵਾਲਾ ਠੰਡਾ ਪਾਣੀ ਲੈਣਾ ਆਪਾਂ ਠੰਡੇ ਪਾਣੀ ਦੇ ਵਿੱਚ ਪਾ ਕੇ ਰੱਖਣਾ ਵੀ ਇਹ ਕਲਰ ਨਾ ਚੇਂਜ ਕਰ ਦੇ ਮੇ ਇਹ ਠੰਡੇ ਪਾਣੀ ਦਾ ਮਤਲਬ ਇਹ ਹੈ ਵੀ ਇਹ ਲੋਕੀ ਖਰਾਬ ਨਹੀਂ ਹੁੰਦੀ ਹੈਗੀ ਨਹੀਂ ਤਾਂ ਨਾ ਇਹ ਥੋੜੇ ਜੇ ਟਾਈਮ ਬਾਅਦ ਹੋਰ ਹੀ ਰੰਗ ਜਾ ਕਰ ਦਿੰਦੀ ਹੈਗੀ ਇਹ ਪੀਲਾ ਕਾਲਾ ਜਾ ਤੇ ਹੁਣ ਇਹ ਇਹਦੇ ਨਾਲ ਖਰਾਬ ਨਹੀਂ ਹੁੰਦੀ ਇਹ ਜਦੋਂ ਤੁਸੀਂ ਕਰਕੇ ਰੱਖੋਗੇ ਨਾ ਕਦੂਕਸ ਇਹ ਉਦਾਂ ਹੀ ਪਈ ਰਹੂਗੀ ਜਿੱਦਾਂ ਹੈਗੀ ਆ ਹਰੇ ਰੰਗ ਦੀ ਇਹ ਠੀਕ ਹੈ ਨਾ ਵਧੀਆ ਪਈ ਰਹੂਗੀ ਇਹ ਤੇ ਇਹ ਦੇਖਿਓ ਤੁਸੀਂ ਬਣਦੀ ਬਹੁਤ ਵਧੀਆ ਹੈਗੀ ਐ ਜੇ ਇੱਕ ਵਾਰੀ ਤੁਸੀਂ ਬਣਾ ਕੇ ਖਾ ਲਈ ਆਂਟੀ ਨੂੰ ਤਾਂ ਪਤਾ ਨਹੀਂ ਖਵਾਉਂਗੀ ਕਿ ਨਹੀਂ ਪਰ ਜਾਦ ਜ਼ਰੂਰ ਕਰਿਆ ਕਰੋ ਕਿ ਕਮੀ ਆਂਟੀ ਨੇ ਆਏ ਦੱਸਿਆ ਸੀ ਸਾਨੂੰ ਤੇ ਅਸੀਂ ਬਣਾ ਕੇ ਖਾ ਲਈਏ ਤੇ ਭਾਈ ਮੈਨੂੰ ਤਾਂ ਇਹੋ ਜੀਆਂ ਚੀਜ਼ਾਂ ਘਰੇ ਬਣਾਈਆਂ ਹੋਈਆਂ ਸਵਾਦ ਲੱਗਦੀਆਂ ਹੁਣ ਫੇਰ ਅੱਗੋ ਅੱਗੇ ਅੱਗੇ ਆਪੋ ਆਪਣਾ ਮਨ ਹੁੰਦਾ ਬੰਦੇ ਦਾ ਹਨਾ ਵੀ ਕਿਵੇਂ ਕਿਹਨੂੰ ਕਿਹੋ ਜੀ ਚੀਜ਼ ਸਵਾਦ ਲੱਗਦੀ ਹੈ ਇਹਨੂੰ ਆਪਾਂ ਹੁਣ ਠੰਡੇ ਪਾਣੀ ਦੇ ਵਿੱਚ ਪੂਰੇ ਠੰਡੇ ਪਾਣੀ ਦੇ ਵਿੱਚ ਰੱਖਿਆ ਹੋਇਆ ਵਿੱਚ ਹੋਰ ਹੀ ਡੰਡਲ ਜਾ ਗਿਆ ਵਿਚ ਆ ਜਾਂਦਾ ਪਈ ਕਦੂ ਕਸ ਕਰਦੇ ਤਾਂ ਕੀ ਕਰਾਂ ਕਾਲ ਕਾਲ ਦਾ ਕੰਮ ਸਾਰੀ ਇਹੋ ਜਿਹਾ ਹੋ ਜਾਂਦੇ ਆ ਆ ਦੇਖੋ ਤੁਸੀਂ ਆਪਾਂ ਹੁਣ ਇਹਨੂੰ ਇਹਦੇ ਵਿੱਚੋਂ ਕੱਢ ਲਿਆ ਪਲੇਟ ਦੇ ਵਿੱਚ ਠੀਕ ਹੈ ਨਾ ਜੀ ਪਲੇਟ ਦੇ ਵਿੱਚ ਕੱਢ ਲਓ ਕਾਸੇਚੀ ਕੱਢ ਲਓ ਮੇਰੇ ਕੋਲੇ ਜਿਹੜਾ ਭਾਂਡਾ ਮੂਰੇ ਆ ਗਿਆ ਮੈਂ ਉਹਦੇ ਵਿੱਚ ਕੱਢ ਲਿਆ ਬਸ ਇਹਨੂੰ ਵਧੀਆ ਸਾਫ਼ ਸੁਥਰਾ ਕਰਕੇ ਤੁਸੀਂ ਕੱਢ ਲਓ ਤੇ ਹੁਣ ਆਪਾਂ ਕੀ ਕਰਨਾ ਦੂਜੇ ਪਾਸੇ ਰੱਖ ਦਿਓ ਜੀ ਆਪਣਾ ਕੜਾਹਾ ਠੀਕ ਹੈ ਕੜਾਹੀ ਦੇ ਵਿੱਚ ਪਾਤਾ ਹੁਣ ਆਪਾਂ ਮੰਨ ਲਓ ਕਿਉ ਕਿਉ ਪਾਉਣਾ ਆ ਤਾਂ ਮੈਂ ਜਿਹੜਾ ਸਮਾਨ ਇਹਦੇ ਵਿੱਚ ਪਾਉਣਾ ਉਹ ਤੁਹਾਨੂੰ ਦਿਖਾਉਣੀ ਐ ਵੀ ਆ ਕੀ ਕੁਝ ਰੱਖਿਆ ਹੋਇਆ ਜਿਵੇਂ ਜਿਵੇਂ ਪਾਉਂਗੀ ਤੁਹਾਨੂੰ ਦਿਖਾਉਂਗੀ ਵੀ ਤੇ ਹੁਣ ਆਪਾਂ ਇਹਦੇ ਵਿੱਚ ਭਾਈ ਪਾ ਦੇਣਾ ਕੁੜੀਓ ਕਿਉ ਕਿਉ ਪਾਦਣਾ ਆਪਾਂ ਦੋ ਚਮਚੇ ਭਰ ਕੇ ਖੁੱਲੇ ਦਿਲ ਨਾਲ ਵੀ ਪਾ ਸਕਦੇ ਹਾਂ ਪਰ ਮੇਰੀ ਤਾਂ ਤਫਤੀਲੀ ਜੀ ਲੈਵੇ ਲੱਗਣ ਵਾਲੀ ਸੀ ਤੇ ਮੈਂ ਕਿਹਾ ਚੱਲ ਥੋੜੇ ਨੇ ਸਾਰ ਲੈਣੀਆਂ ਕੰਮ ਹਨਾ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਤੀ ਲੋਕੀ ਠੀਕ ਹੈ ਜੀ ਲੋਕੀ ਪਾਤੀ ਆਪਾਂ ਇਹਦੇ ਵਿੱਚ ਲੋਕੀ ਪਾ ਕੇ ਤੇ ਆ ਦੇਖੋ ਤੁਸੀਂ ਇਹ ਹੁਣ ਕੀ ਐ ਵਧੀਆ ਬਣ ਜੂਗੀ ਘੋ ਦੇ ਵਿੱਚ ਇਹਨੇ ਵਧੀਆ ਫਰਾਈ ਹੋ ਜਾਣਾ ਹੈਗਾ ਜਦੋਂ ਇਹਨੇ ਘੋ ਛੱਡਿਆ ਉਦੋਂ ਇਹ ਕੰਮ ਦੀ ਬਣੂਗੀ ਉਨਾਂ ਚਿਰ ਤੱਕ ਇਹ ਕਿਸੇ ਕੰਮ ਦੀ ਨਹੀਂ ਗਈ ਆ ਮੋٹے ਜੇ ਰੱਖਿਆ ਨਾ ਆਪਾਂ ਮਤਲਬ ਮੋٹے ਪਾਸੇ ਕਦੂਕਸ਼ ਕੀਤਾ ਤੇ ਇਹੀ ਜਿਆਦਾ ਸਵਾਦ ਲੱਗਦੇ ਨੇ ਜਦੋਂ ਮੂਹ ਜੇ ਚੜਕਦੇ ਆ ਮੜੇ ਮੜੇ ਹਨਾ ਤੇ ਇਹਨੂੰ ਜਦੋਂ ਜਮਾ ਇਹ ਘੋ ਛੱਡੂਗੀ ਰਾਜੇ ਉਦੋਂ ਕੰਮ ਦੀ ਆ ਹੋਊਗੀ ਇਹ ਉਨਾਂ ਚਿਰ ਤੁਸੀਂ ਇਹਨੂੰ ਪੁੰਨੀ ਜਾਣਾ ਹੈਗਾ ਵਧੀਆ ਤੁਸੀਂ ਇਹਨੂੰ ਇਸ ਤਰ੍ਹਾਂ ਭੁੰਨ ਲਓ ਚੰਗੀ ਤਰ੍ਹਾਂ ਇਹ ਬੱਸ ਹੁਣੇ ਤਿਆਰ ਹੋਣ ਲੱਗ ਗਈ ਹੁਣ ਇਹ ਘਿਓ ਛੱਡਣ ਲੱਗ ਗਈ ਠੀਕ ਹੈ ਨਾ ਜੀ ਘਿਓ ਤਾਂ ਫਿਰ ਆਪਾਂ ਨੂੰ ਦੂਜੇ ਪਾਸੇ ਕੜਾਹੀ 'ਚ ਵੀ ਪਾਉਣਾ ਪਊਗਾ ਜਮੇ ਸੌਖਾ ਤਰੀਕਾ ਹੈ ਜਮੇ ਸੌਖਾ ਤਰੀਕਾ ਇਹ ਤਾਂ ਹੁਣ ਆ ਵੀਡੀਓ ਬਣੀ ਹੈ ਨਾ ਥੋੜੀ ਜੀ ਵੱਡੀ ਬਣ ਜਾਂਦੀ ਹੈ ਘਰੇ ਆਪਾਂ ਕਰੀਏ ਕੰਮ ਤਾਂ ਮਿੰਟੋ-ਮਿੰਟ ਤਿਆਰ ਹੋ ਜਾਂਦਾ ਹੁੰਦਾ ਹੈ ਨਾ ਤੇ ਦੇਖੀ ਨਾ ਆ ਦੇਖੋ ਤੁਸੀਂ ਇਹ ਹੁਣ ਮਿਕਸ ਹੋਣ ਲੱਗ ਗਿਆ ਤੇ ਇਹ ਹੁਣ ਘਿਓ ਛੱਡਣ ਲੱਗ ਗਿਆ ਮੈਨੂੰ ਦਿਖਾਉਣੀ ਆ ਕਿਉਂ ਛੱਡਦਾ ਵੀ ਇਹ ਵੀ ਦੇਖੋ ਕਿਵੇਂ ਕਿਉਂ ਛੱਡਣ ਲੱਗ ਗਿਆ ਆ ਦੇਖੋ ਦੇਖਦਾ ਨਾ ਕਿਉਂ ਹੁਣ ਤੁਹਾਨੂੰ ਆ ਦੇਖੋ ਹੁਣ ਤੁਹਾਨੂੰ ਇਹ ਆ ਦੇਖੋ ਤੁਹਾਨੂੰ ਕਿਉਂ ਦਿਸਦਾ ਹੁਣ ਆ ਦੇਖੋ ਹੁਣ ਇਹ ਕਿਉਂ ਛੱਡਣ ਲੱਗ ਗਿਆ ਤੇ ਦੂਜੇ ਪਾਸੇ ਕੀ ਕਰਨਾ ਆਪਾਂ ਕੜਾਹੀ ਰੱਖਣੀ ਹੈ ਤੇ ਉਹਦੇ ਵਿੱਚ ਪਾਉਣਾ ਜੀ ਆਪਾਂ ਗਲਾਸ ਪਾ ਲਓ ਅੱਧਾ ਗਲਾਸ ਪਾਣੀ ਪਾ ਲਓ ਇਹਨੇ ਤਾਂ ਸੁੱਕੀ ਜਾਣਾ ਵਿਚਾਰੇ ਨੇ ਹਨਾ ਮੈਂ ਪਾਉਣਾ ਇੱਕ ਗਲਾਸ ਪਾਇਆ ਸੀਗਾ ਠੀਕ ਹੈ ਜੀ ਇਹਦੇ ਵਿੱਚ ਕੀ ਕਰਨਾ ਹੁਣ ਆਪਾਂ ਜਿਵੇਂ ਆਹ ਮੰਨ ਲਓ ਆ ਤਿਆਰ ਹੋ ਗਈ ਹੈ ਤਾਂ ਤਾਂ ਆਪਾਂ ਕਰ ਦਿਆਂਗੇ ਗੈਸ ਬੰਦ ਠੀਕ ਹੈ ਇਹਦਾ ਆਪਾਂ ਗੈਸ ਬੰਦ ਕਰ ਦਾਂਗੇ ਇਹਦਾ ਤਾਂ ਕੰਮ ਹੋ ਗਿਆ ਤੇ ਆ ਪਾਣੀ ਉਬਲਣ ਲੱਗ ਗਿਆ ਪਾਣੀ ਜਦ ਉਬਲਣ ਲੱਗ ਗਿਆ ਤੇ ਇਹਦੇ ਵਿੱਚ ਚੱਕ ਕੇ ਆਪਾਂ ਇੱਕ ਕੌਲੀ ਭਾਈ ਸੁੱਕੇ ਦੁੱਧ ਦੀ ਪਾ ਦੇਣੀ ਹੈਗੀ ਹੈ ਮਿਲਕ ਪਾਊਡਰ ਕਹਿੰਦੇ ਆ ਜਿਹਨੂੰ ਆ ਸਮਾਨ ਜਿਆ ਪੈਣਾ ਵਿੱਚ ਆ ਵੀ ਦੇਖ ਲਓ ਜਿੰਨਾ ਕੋ ਹੁੰਦਾ ਘਰੇ ਪਾਪੂ ਲੈਣੀ ਹੁੰਦੀ ਹੈ ਮੈਂ ਇਕੱਠਾ ਕਰਕੇ ਆ ਸੁੱਕਾ ਦੁੱਧ ਹੈ ਹੁਣ ਇਹਦੇ ਵਿੱਚ ਪਾ ਦਿਓ ਇਹਨੂੰ ਇਹਦੇ ਵਿੱਚ ਪਾਤਾ ਆਪਾਂ ਹੁਣ ਹਨਾ ਇਹ ਵਧੀਆ ਹੁਣ ਇਹ ਘੁਲਣ ਲੱਗ ਜਾਈ ਗੇ ਗਰਮ ਪਾਣੀ ਦੇ ਵਿੱਚ ਤਾਂ ਮਿੰਟੋਸ ਕੰਟੀ ਘੁਲ ਜਾਂਦਾ ਹੁੰਦਾ ਠੰਡੇ ਚ ਇਹਦੀਆਂ ਗੰਡਾਂ ਜੀਆਂ ਬਣ ਜਾਂਦੀਆਂ ਹੁੰਦੀਆਂ ਗਰਮ ਪਾਣੀ 'ਚ ਇਹ ਜਿਹੜਾ ਸੁੱਕਾ ਦੁੱਧ ਹੁੰਦਾ ਨਾ ਇਹ ਛੇਤੀ ਘੁਲ ਜਾਂਦਾ ਹੁੰਦਾ ਗਰਮ ਪਾਣੀ ਦੇ ਵਿੱਚ ਤੇ ਜੇ ਆਪਾਂ ਪਾਦ ਗਏ ਠੰਡੇ ਪਾਣੀ ਦੇ ਵਿੱਚ ਫੇਰ ਬਣ ਜਾਂਦੀਆਂ ਨੇ ਇਹਦੀਆਂ ਗੰਡਾਂ ਤੇ ਇਹਦੇ 'ਚ ਆਪਾਂ ਥੋੜਾ ਜਿਹਾ ਘਿਓ ਵੀ ਪਾਵਾਂਗੇ ਕਿਉਂਕਿ ਜਿਹੜਾ ਸੁੱਕਾ ਦੁੱਧ ਹੁੰਦਾ ਨਾ ਫੇਰ ਇਹਦਾ ਜਦੋਂ ਇਹ ਜ਼ਿਆਦਾ گاੜਾ ਜਾ ਹੋਣ ਲੱਗ ਜਾਂਦਾ ਫੇਰ ਇਹਦਾ ਥੱਲੇ ਲੱਗਣ ਦਾ ਡਰ ਹੁੰਦਾ ਥੋੜਾ ਜਿਹਾ ਆਪਾਂ ਘਿਓ ਪਾ ਲੈਣੇ ਆ ਆ ਲੋ ਮੇਰੇ ਕੋਲੇ ਫੜਿਆ ਹੋਇਆ ਸੀ ਕੈਮਰਾ ਤੇ ਭਾਈ ਹੁਣ ਮੈਂ ਫਟਾਫਟ ਚੱਕ ਕੇ ਇਹਦੇ ਵਿੱਚ ਘਿਓ ਪਾਤਾ ਉਹ ਤਾਂ ਆਪਦੀ ਘਿਓ ਤਾਂ ਆਪਦੇ ਢਿੱਡ ਚ ਜਾਣਾ ਭਾਈ ਪੂਰਾ ਬੱਦ ਪੈ ਗਿਆ ਤਾਂ ਕੀ ਘਟ ਪੈ ਗਿਆ ਤਾਂ ਕੀ ਹਨਾ ਉਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਬਸ ਇੰਨਾ ਵੀ ਦੁੱਧ ਦੇ ਥੱਲੇ ਜੀ ਨਾਲ ਲੱਗੇ ਸੁੱਕਾ ਦੁੱਧ ਥੱਲੇ ਲੱਗਣ ਲੱਗ ਜਾਂਦਾ ਹੁੰਦਾ ਕਿਉਂ ਆਪਾਂ ਪਾਣੀ ਥੋੜਾ ਪਾਇਆ ਨਾ ਤਾਂ ਕਰਕੇ ਤੇ ਆ ਦੇਖੋ ਤੁਸੀਂ ਵਧੀਆ ਤਿਆਰ ਹੋਣ ਲੱਗ ਗਿਆ ਤੇ ਹੁਣ ਆਪਾਂ ਕੀ ਕਰਨਾ ਇਹ ਚ ਇੱਕ ਚੀਜ਼ ਹੋਰ ਪਾਉਣੀ ਹੈਗੀ ਆ ਹੁਣ ਆਪਾਂ ਪਾਤੀ ਜੀ ਇਹਦੇ ਵਿੱਚ ਚੀਨੀ ਠੀਕ ਹੈ ਆਪਦੇ ਹਿਸਾਬ ਨਾਲ ਪਾ ਲਿਓ ਤੁਸੀਂ ਮਤਲਬ ਇੱਕ ਇੱਕ ਕੌਲੀ ਆਪਾਂ ਸੁੱਕੇ ਦੁੱਧ ਦੀ ਪਾਈਏ ਤੇ ਅੱਧੀ ਕਪਾ ਲੂ ਇਹਦੀ ਚੀਨੀ ਦੀ ਠੀਕ ਹੈ ਜੀ ਜਿਵੇਂ ਆਪਾਂ ਦੋ ਲੋਕੀ ਲਈ ਸੀ ਤੇ ਇੱਕ ਕੌਲੀ ਹੋ ਗਈ ਉਹਦੇ ਵਿੱਚ ਦੋ ਕਿ ਇੱਕੋ ਹੀ ਰਹਗੀ ਵਿਚਾਰੀ ਗੁੱਦਾ ਜਾ ਕੱਢ ਕੇ ਉਹਦਾ ਹਨਾ ਉਹਦੇ ਬੀਜੇ ਕੱਢ ਕੇ ਇੱਕੋ ਹੀ ਰਹਗੀ ਤੇ ਆਹ ਵੇਖੋ ਹੁਣ ਤੁਸੀਂ ਇੰਨਾ ਕਾਪਾ ਮਿਸ਼ਰਣ ਤਿਆਰ ਕਰ ਲਿਆ ਆ ਆਪਾਂ ਬਦਾਮ ਵੀ ਕੁੱਟ ਲਾਂਗੇ ਇੱਕ ਪਾਸੇ ਸਾਰਾ ਸਿਸਟਮ ਜਿਹਾ ਆਪਾਂ ਕਰ ਹੀ ਲੈਣਾ ਜਿਵੇਂ ਬਣਾਉਂਦੀ ਹੁੰਦੀ ਹੈ ਦੁਨੀਆ ਹਨਾ ਆਪਾਂ ਵੀ ਉਹ ਮੇਰੇ ਢੰਗ ਜਿਹਾ ਕਰ ਹੀ ਲੈਣਾ ਕੁੜੀਓ ਆ ਦੇਖੋ ਤੁਸੀਂ ਆਪਾਂ ਇਹਦੇ ਵਿੱਚ ਪਾਤਾ ਹੁਣ ਭਾਈ ਤੁਹਾਡੇ ਵਾਸਤੇ ਲਿਆਂਦਾ ਸੀ ਸੁੱਕਾ ਨਾਰੀਅਲ ਦਾ ਬਰਾਦਾ ਠੀਕ ਹੈ ਨਾਰੀਅਲ ਦਾ ਬਰਾਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਮਿਕਸ ਕਰਕੇ ਇਹਨੂੰ ਚੰਗੀ ਤਰ੍ਹਾਂ ਹੁਣ ਦੇਖੋ ਤੁਸੀਂ ਇਹ ਕੀ ਬਣ ਗਿਆ ਇਹ ਬਣ ਗਿਆ ਨਾ ਖੋਆ ਇਹਦੇ ਵਿੱਚ ਜਿਹੜੀ ਆਪਾਂ ਲੋਕੀ ਉਹ ਕੀਤੀ ਐ ਤਿਆਰ ਕੀਤੀ ਐ ਭਾਈ ਉਹ ਦੇ ਵਿੱਚ ਭੁੰਨੀ ਆ ਤੇ ਉਹ ਪਾ ਦਿਓ ਕੁੜੀਓ ਦੇਖੋ ਫਿਰ ਤੁਸੀਂ ਇਹ ਤਿਆਰ ਹੁੰਦੀ ਅੱਛਾ ਇੱਕ ਚੀਜ਼ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਭਾਈ ਕੁੜੀਓ ਤੁਸੀਂ ਕੀ ਕਰਨਾ ਹੈਗਾ ਵੀ ਆਪਣੀ ਜਿਹੜੀ ਵੀਡੀਓ ਹੁੰਦੀ ਆ ਨਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਹੁਣ ਅੱਗੇ ਵਾਰ ਤਿਆਰ ਹੁੰਦੇ ਜਾਂਦੇ ਆ ਕੁੜੀਆਂ ਬਣਾ ਕੇ ਤੇ ਆਪਦੇ ਘਰੇ ਭਾਈ ਇਹ ਗਿਫਟ ਵੀ ਕਰ ਸਕਦੀਆਂ ਨੇ ਬੱਚਾ ਨੂੰ ਵੀ ਖਵਾ ਸਕਦੀਆਂ ਨੇ ਤੇ ਨਾਲੇ ਬੱਲੇ ਬੱਲੇ ਹੁੰਦੀ ਆ ਸ਼ੁੱਧ ਚੀਜ਼ਾਂ ਹੁੰਦੀਆਂ ਨੇ ਇਹ ਆ ਪਾਤੇ ਜੀ ਆਪਾਂ ਆਹ ਦਾ ਖਾਂਸ ਹੋਊਗੀ ਕਹਿ ਦਿੰਦੇ ਆ ਕਿਸ਼ਮਿਸ਼ ਕਹਿੰਦੇ ਕਈ ਕੁਝ ਕਹਿ ਦਿੰਦੇ ਇਹਨੂੰ ਆ ਪਾਤੇ ਆਪਾਂ ਮਗਜ ਤੇ ਇਹਨੂੰ ਇਹਨਾਂ ਨੂੰ ਵੀ ਬਥੇਰਾ ਕੁਝ ਕਹਿ ਦਿੰਦੇ ਹੁੰਦੇ ਨੇ ਹਨਾ ਤੇ ਆ ਜਿਹੜੇ ਬਦਾਮ ਪਏ ਸੀ ਉਹ ਵੀ ਪਾਤੇ ਭਈ ਆਪਾਂ ਹੁਣ ਇਹ ਉਹ ਕੁੱਟ ਕੇ ਬਦਾਮ ਉਹ ਵਿੱਚੇ ਉਹ ਪਾ ਦੇਣੇ ਨੇ ਯਾਨੀ ਕਿ ਸਾਰਾ ਸਿਸਟਮ ਜਾਂ ਇਕੱਠਾ ਕਰ ਦੇਣਾ ਉੱਤੇ ਨਹੀਂ ਪਾਉਣੇ ਹੈਗੇ ਆਪਾਂ ਵਿੱਚੇ ਪਾਉਣੇ ਹੈ ਵਿੱਚ ਪਾਏ ਬਾਲੇ ਸਵਾਦ ਲੱਗਦੇ ਆ ਇਹਦੇ ਲੋਕੀ ਦੀ ਬਰਫੀ ਦੇ ਵਿੱਚ ਤੇ ਇਹ ਸਾਰਾ ਕੁਝ ਕਰ ਦਿਓ ਇਕੱਠਾ ਤੇ ਇਹਨੂੰ ਮਿਸ਼ਰਣ ਨੂੰ ਕਰ ਲੋ ਤਿਆਰ ਤੇ ਜਦੋਂ ਇਹ ਮੜਾ ਜਾਂ گاੜਾ ਹੋ ਗਿਆ ਉਦੋਂ ਆਪਾਂ ਇਹਨੂੰ ਚੱਕ ਕੇ ਕੱਢ ਲਾਂਗੇ ਕਿਸੇ ਭਾਂਡੇ ਦੇ ਵਿੱਚ ਤੇ ਇਹਨੂੰ ਆਪਾਂ ਠੰਡਾ ਕਰਨ ਵਾਸਤੇ ਧਰ ਦਿਆਂਗੇ ਆ ਮੈਂ ਚੱਕ ਕੇ ਲੈ ਲਈ ਟ੍ਰੇ ਟ੍ਰੇ ਹੀ ਲਈ ਭਈ ਮੈਂ ਤਾਂ ਗਲਾਸਾਂ ਵਾਲੀ ਮੇਰੇ ਕੋਲ ਢੱਬਾ ਜਾ ਹੈ ਨਹੀਂ ਸੀਗਾ ਜਿਹੜਾ 400 ਹੁੰਦਾ ਇਹ ਆਪਾਂ ਲਾ ਲਿਆ ਬਟਰ ਪੇਪਰ ਪੇਪਰ ਸੀਗਾ ਹੁਣ ਤਾਂ ਇਹਨੂੰ ਬਟਰ ਪੇਪਰ ਬੋਲਦੇ ਪਰ ਬਟਰ-ਬਟਰ ਨਹੀਂ ਲੱਗਿਆ ਹੁੰਦਾ ਤਾਂ ਪੇਪਰ ਸੀਗਾ ਤੇ ਬਟਰ ਆਪਾਂ ਚੇਪਤਾ ਉੱਤੇ ਠੀਕ ਹੈ ਆ ਲਾਤਾ ਜੀ ਹੁਣ ਇਹਦੇ ਉੱਤੇ ਪਾ ਦਿਆਂਗੇ ਆਪਾਂ ਬਰਫੀ ਉਹ ਖੋਆ ਖੋਆ ਬਰਫੀ ਕਾ ਨੂੰ ਬਰਫੀ ਤਾਂ ਹਜ ਬਣਨੀ ਹੈ ਖੋਆ ਉਹ ਆਪਾਂ ਦੇ ਅੰਗੇ ਜਿਹੜਾ ਆਪਾਂ ਬਣਾਇਆ ਹੈਗਾ ਹੁਣ ਤੇ ਇਹ ਪਾ ਕੇ ਤੇ ਇਹਨੂੰ ਆਪਾਂ ਕਰ ਦਿਆਂਗੇ ਐ ਸੈਟਿੰਗ ਵੈਟਿੰਗ ਇਹਦੀ ਤੇ ਡੈਂਟਿੰਗ ਪੇਂਟਿੰਗ ਇਹਦੀ ਹੋ ਗਈ ਭਾਈ ਤੇ ਆ ਦੇਖੋ ਤੁਸੀਂ ਹੁਣ ਇਹਨੂੰ ਆਪਾਂ ਦੇਖੋ ਕੱਟ ਵੀ ਸਾ ਉਦੋਂ ਜਿਵੇਂ ਮਰਜ਼ੀ ਪੀਸ ਕੱਟ ਲੋ ਟਿੱਡੇ ਕੱਟ ਲੋ ਵਿੰਗੇ ਕੱਟ ਲੋ ਉੱਤੇ ਤੁਸੀਂ ਦੇਖਿਨਾ ਆਹ ਚਾਂਦੀ ਦਾ ਵਰਕ ਲਾਉਣਾ ਉਹ ਲਾ ਲਓ ਭਾਈ ਉਹ ਤੁਹਾਡੀ ਇੱਛਾ ਮੇਰੇ ਕੋਲ ਤਾਂ ਹੈ ਨਹੀਂ ਸੀਗਾ ਤੇ ਆ ਦੇਖੋ ਤਿਆਰ ਹੋ ਗਈ ਭਾਈ ਵੀਡੀਓ ਕੁੜੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਮੇਰਾ ਮਤਲਬ ਕਿ ਆ ਬਣਿਆ ਰਵੇ ਦਿਲ ਨੂੰ ਆ ਲੱਗੇ ਵੀ ਹਾਂ ਭਾਈ ਕੁੜੀਆਂ ਨੂੰ ਇਹ ਸਵਾਦ ਲੱਗਦੀ ਹੈ ਚੀਜ਼ਾਂ ਵਧੀਆ ਲੱਗਦੀਆਂ ਨੇ ਤੇ ਇਹ ਇਹਨਾਂ ਨੂੰ ਤਿਆਰ ਕਰਦੀਆਂ ਨੇ ਤੇ ਬਣਾਉਂਦੀਆਂ ਨੇ ਠੀਕ ਹੈ ਜੀ